सारिआं नूं सति श्री अकाल जी। परमजीत सिद्धू दी किचन दे विच तुहाडा बहुत बहुत स्वागत है। व्यूअर्स, अज मैं लैके आई हाँ गोभी दे परौंठे। इस तरह बनाए हुए परौंठे, नहीं तो यह चकले नाल चिपणगे तो नहीं ये फटणगे। आपां ने गोभी कद्दूकस कर ली है, तो उस तो बाद एक वड्डा प्याज, थोड़ा जिहा हरा धनिया, तीन चार हरिया मिर्चा, लसन ते प्याज अदरक दी मैं कद्दूकस कर लिया सीगा छिल सवार के, क्योंकि गोभी वाई हुंदी है तो इहदे विच मैं लसन ते अदरक दोनों चीज़ां ही पाउंदी हुंनी आ। उपर कई बार तो मैं अजवाइन भी ला दिंदी आ। तो ये सीक्रेट इनग्रीडियंट वो है जिहदे नाल अपने परौंठे बिल्कुल ही नहीं फटणगे। ये आपां चम्मच क नमक का पा के इनू चंगी तरह आपां एक बार मिक्स कर लाँगे कल्ली गोभी नू कद्दूकस की हुई नू। तो हुण इनू ना 5-7 मिनटां वास्ते आपां इनू रैसट ते रहन देंगे, जिहड़ी कि गोभी बिल्कुल पानी छड्ड जाऊगी। लो जी, 5-7 मिनट हो गए हैं, तो हुण वेखियो इहदे विचों किन्ना पानी निकलता, जिहड़ा कि अपने परौंठे वेखो है ना किन्ना पानी निकल रहा। ये नाल अपने परौंठे बिल्कुल ही नहीं सही होंगे गे, जां तां चकले नाल चंबड़ी जाएंगे, जां बेलने नाल जां फट जाएंगे। आपां पूरी तरह स्क्वीज नहीं करांगे, भी थोड़ा जिहा हल्का जिहा रस रह भी जाए तो कोई दिक्कत वाली गल नहीं। जिहड़ा कि इहदे विचों बहुत ज़्यादा गोभी दे विचों मूलियां वांग पानी बहुत निकलता है, तो उहदे करके परौंठे है जिहड़े वधिया नहीं बनदे गे। तो इस तरीके नाल बनावांगे तो परौंठे तुसीं वेखियो किन्ने ऐन वधिया पूड़ियां वांगू बनणगे। लो जी, गोभी आप पहला तो ही ना वेख के निगाह मार ली सी, फिर धो सवार के फिर कद्दूकस की सी। वेखो ये पानी है जिहड़ा ये परौंठे नूं बिल्कुल ही वधिया नहीं बनन दिंदा गा, जिहड़े कि साढ़े खराब हो जांदे आ। तां हुण घट्टो घट्ट भी ज़्यादा तो नहीं कह सकते, तो यह 1.5-2 ग्लास के अंदर बार पानी अपना गोभी दे विच्चों निकलिया। हुणे आपां गोभी नूं एक बर्तन च पा लाँगे, इको जिहा करके खुले बर्तन च पा के ते ਵਿੱਚ ਇਹਦੇ ਮਿਕਸ ਕਰਾਂਗੇ। ਹੁਣ ਆਪਾਂ ਮਸਾਲੇ, ਪਹਿਲਾਂ ਤਾਂ ਹੋਰ ਜਿਹੜੀਆਂ ਆਪਾਂ ਸਬਜ਼ੀਆਂ ਇਹ ਕੱਟੀਆਂ, ਸਬਜ਼ੀਆਂ ਹੀ ਮਤਲਬ ਮਸਾਲਾ ਕੱਟਿਆ ਜਿਹੜਾ, ਹਰੀਆਂ ਮਿਰਚਾਂ 3-4, ਇਹ ਥੋੜ੍ਹੀ ਮਿਰਚ ਤਿੱਖੀ ਖਾਂਦੇ ਆ, ਮੈਂ ਬੇਟੇ ਕੋਲ ਆਈ ਸੀ ਤਾਂ ਉੱਥੇ ਬਣਾ ਰਹੀ ਹਾਂ। ਅਤੇ ਥੋੜ੍ਹਾ ਜਿਹਾ ਅਦਰਕ ਲਸਣ ਦੀ ਪੇਸਟ ਕੱਦੂਕਸ ਕੀਤਾ ਹੋਇਆ, ਉਹਨੂੰ ਥੋੜ੍ਹਾ ਥੋੜ੍ਹਾ ਹੱਥ ਨਾਲ ਭੋਰ ਕੇ ਪਾਵਾਂਗੇ ਵੀ ਇੱਕੋ ਜਗ੍ਹਾ ਨਾਲ ਸਾਰਾ ਆ ਜਾਵੇ। ਅਤੇ ਇਸੇ ਤਰ੍ਹਾਂ ਹੀ ਅਦਰਕ ਦਾ ਮੈਂ ਕੱਦੂਕਸ ਕੀਤਾ ਹੋਇਆ ਸੀ, ਉਹ ਵੀ ਆਪਾਂ ਹੱਥ ਨਾਲ ਭੋਰ ਕੇ ਹੀ ਪਾਵਾਂਗੇ ਵਿੱਚ। ਇਹ ਆਪਾਂ ਪਿਆਜ ਫਾਈਨ ਚੌਪ ਕੀਤਾ ਸੀ, ਇੱਕ ਵੱਡਾ ਪਿਆਜ ਲੈ ਲਿਆ ਸੀਗਾ, ਤਾਂ ਉਹ ਫਾਈਨ ਚੌਪ ਕਰਕੇ ਅਤੇ ਉਹ ਵਿੱਚ ਮਿਕਸ ਕਰ ਦਾਂਗੇ। ਹਰਾ ਧਨੀਆ ਇਹ ਆਪਾਂ ਵਿੱਚ ਮਿਕਸ ਕਰ ਦਾਂਗੇ, ਜਿਹੜੇ ਕਿ ਬਣਨ ਦੇ ਵਿੱਚ ਵੀ ਆਸਾਨ ਹੋ ਜਾਂਦੇ ਹੈ ਅਤੇ ਖਾਣ ਦੇ ਵਿੱਚ ਤਾਂ ਇਹ ਗੋਭੀ ਦੇ ਪਰੌਂਠੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਹੀ ਖਾਂਦੇ ਹੈ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਨਮਕ ਮਿਰਚ ਵੀ ਪਾਵਾਂਗੇ ਅਤੇ ਫਿਰ ਮਿਕਸ ਕਰਾਂਗੇ। ਨਮਕ ਆਪਾਂ ਇੱਥੇ ਥੋੜ੍ਹਾ ਜਿਹਾ ਘੱਟ ਮਾਤਰਾ 'ਚ ਪਾਵਾਂਗੇ। ਨਮਕ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਓ ਨਮਕ, ਕਿਉਂਕਿ ਆਪਾਂ ਪਹਿਲਾਂ ਵੀ ਪਾਇਆ ਹੋਇਆ, ਉਹ ਵੀ ਨਮਕ ਵਿੱਚ ਉਹਦਾ ਅਸਰ ਹੁੰਦਾ। ਅਤੇ ਅੱਧਾ ਕੁ ਚਮਚ ਆਪਾਂ ਪਾ ਲਿਆ ਉੱਤੋਂ ਲਾਲ ਮਿਰਚਾਂ ਦਾ ਅਤੇ ਅੱਧਾ ਕੁ ਚਮਚ ਨਮਕ ਦਾ, ਅਤੇ 1/4 ਚਮਚ ਇਹ ਆਪਾਂ ਪਾ ਲਿਆ ਕਾਲੀ ਮਿਰਚ ਦਾ। ਕਾਲੀ ਮਿਰਚ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ, ਵਾਈ ਹੁੰਦੀ ਆ ਉਹ ਵਾਈ ਵੀ ਮਰ ਜਾਂਦੀ ਆ ਔਰ ਟੇਸਟ ਵੀ ਵਧੀਆ ਆਉਂਦਾ। ਨੋਰਮਲ ਕਣਕ ਦਾ ਆਟਾ ਆਪਾਂ ਗੁੰਨ ਲਿਆ ਸੀ, ਜਿਵੇਂ ਆਪਾਂ ਰੋਟੀ ਪਰੌਂਠੇ ਵਾਸਤੇ ਗੁੰਨਦੇ ਹਾਂ, ਤਾਂ ਉਹਦੇ ਵਿੱਚੋਂ ਆਪਾਂ ਆਟੇ ਦੀ ਦਾ ਇੱਕ ਪੇੜਾ ਤੋੜ ਲਾਂਗੇ। ਇਹ ਪੇੜਾ ਆਪਣਾ ਰੋਟੀ ਨਾਲੋਂ ਥੋੜ੍ਹਾ ਵੱਡਾ ਹੋਊਗਾ, ਅਤੇ ਪੇੜਾ ਤੋੜ ਕੇ ਅਤੇ ਉਹਨੂੰ ਉਸੇ ਤਰ੍ਹਾਂ ਜਿਵੇਂ ਵੀ ਪੇੜਾ ਕਰਕੇ ਚੁਣਦੇ ਹਾਂ ਆਪਾਂ ਰੋਟੀ ਟਾਈਮ, ਰੋਟੀ ਬਣਾਉਣ ਟਾਈਮ। ਵੀਵਰਸ, ਵੀਡੀਓ ਦੇ ਚਲਦੇ ਚਲਦੇ ਮੇਰੀ ਵੀਡੀਓ ਨੂੰ ਲਾਈਕ ਵੀ ਕਰ ਦਿਓ, ਅਤੇ ਪਲੀਜ਼ ਫੈਮਿਲੀ ਫਰੈਂਡ ਦੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਅਗਰ ਤੁਹਾਨੂੰ ਵਧੀਆ ਲੱਗਦੀ ਹੈ ਤਾਂ। ਅਤੇ ਜਿਹੜੇ ਵੀਵਰਸ ਮੇਰੇ ਚੈਨਲ 'ਤੇ ਫਸਟ ਟਾਈਮ ਵੀਡੀਓ ਵੇਖਦੇ ਪਏ ਹੈ, ਉਹਨਾਂ ਨੂੰ ਰਿਕੁਐਸਟ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਜਿਹੜਾ ਆਲ 'ਤੇ ਪ੍ਰੈਸ ਕਰ ਦਿਓ, ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਵੀ ਤੁਹਾਨੂੰ ਤੱਕ ਪਹੁੰਚ ਸਕੇ। ਹੁਣ ਵਿੱਚ ਇੱਕ ਇੰਨਾ ਕੁ ਆਪਾਂ ਚੁਣ ਕੇ ਪੇੜਾ ਤਾਂ ਵਿੱਚ ਦੇਸੀ ਘਿਓ ਲਾ ਲਿਆ, ਘਿਓ ਲਾ ਕੇ ਉਹਦੇ ਵਿੱਚ ਆਪਾਂ ਮਿਕਸਚਰ, ਹੁਣ ਆਪਾਂ ਜਿੰਨਾ ਮਰਜ਼ੀ ਵੀ ਮਿਕਸਚਰ ਪਾ ਲਈਏ ਆਪਣਾ ਪਰੌਂਠਾ ਫਟੂਗਾ ਨਹੀਂ, ਕਿਉਂਕਿ ਮੇਰੇ ਪਰੌਂਠਿਆਂ 'ਚ ਮਿਕਸਚਰ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ। ਵੀ ਮੈਨੂੰ ਐਂ ਹੁੰਦਾ ਪੋਲੇ ਪੋਲੇ ਪਰੌਂਠੇ ਜ਼ਿਆਦਾ ਵਧੀਆ ਲੱਗਦੇ, ਟੇਸਟੀ ਲੱਗਦੇ, ਬੱਚੇ ਖੁਸ਼ ਹੋ ਕੇ ਖਾ ਲੈਂਦੇ ਹੈ। ਇਸ ਤਰ੍ਹਾਂ ਚੁੰਟਾਂ ਪਾ ਕੇ ਉੱਪਰੋਂ ਬੰਦ ਕਰ ਦਾਂਗੇ ਆਪਾਂ, ਬੰਦ ਕਰਕੇ ਅਤੇ ਹੁਣ ਦੋਨਾਂ ਸਾਈਡਾਂ ਤੋਂ ਸੁੱਕਾ ਆਟਾ ਲਾ ਕੇ ਅਤੇ ਆਪਾਂ ਹਲਕੇ ਹੱਥ ਨਾਲ ਆਪਾਂ ਇਸ ਪਰੌਂਠੇ ਨੂੰ ਇਸ ਤਰ੍ਹਾਂ ਹਲਕਾ ਹਲਕਾ ਨਾਲੇ ਘੁਮਾਉਂਦੇ ਜਾਵਾਂਗੇ, ਜਿਵੇਂ ਆਪਾਂ ਰੋਟੀ ਘੁਮਾਉਂਦੇ ਹੁੰਦੇ ਹਾਂ। ਅਤੇ ਇਸੇ ਤਰ੍ਹਾਂ ਹੀ ਆਪਾਂ ਪਰੌਂਠਾ ਜਿਹੜਾ ਉਹ ਵਧੀਆ ਵੇਲ ਲਵਾਂਗੇ।
मेरा जिहड़ा तरीका हुंदा कुकिंग दा बिल्कुल नॉर्मल सादा ते रसोई दे विच्चों ही अपने आम चीज़ां मिलन वालियां हुंदियां, कोई स्पैशली वाली नहीं हुंदी जिहड़ा कि आप आसानी नाल बना सकी। लो जी पतला पतला आप हल्का हल्का जिहा पेड़ा आपां परौंठा वेल लिया तां हुण आपां तवा अपना भी कोलों गर्म हो चुकिया है, तवे दे उपर लावांगे आपां थोड़ा जिहा घिओ, तवा च उपर लवांगे तां उपर आपां इह परौंठा पा दांगे। ਜਿਹਨੇ ਨੂੰ ਆਪਣਾ ਇਹ ਪਰੌਂਠਾ ਬਣਦਾ ਤਾਂ ਉਹਨੇ ਨੂੰ ਕੋਲੋਂ ਆਪਾਂ ਦੂਸਰੇ ਪਰੌਂਠੇ ਦੀ ਤਿਆਰੀ ਵੀ ਉਸੇ ਤਰ੍ਹਾਂ ਹੀ ਉਸੇ ਤਰੀਕੇ ਨਾਲ ਹੀ ਕਰ ਲਾਂਗੇ। ਕਿਹੜਾ ਕਰਦਿਆਂ ਨੂੰ ਮਿੰਟ ਡੇਢ ਕੁ ਮਿੰਟ ਹੋ ਜਾਂਦਾ, ਫਿਰ ਆਪਾਂ ਉਧਰੋਂ ਪਰੌਂਠੇ ਦੀ ਦੂਸਰੀ ਸਾਈਡ ਬਦਲੀ ਕਰ ਲਾਂਗੇ, ਤਾਂ ਉਸੇ ਪ੍ਰੋਸੀਜਰ ਨਾਲ ਹੀ ਆਪਾਂ ਇਹ ਪਰੌਂਠਾ ਤਿਆਰ ਕਰ ਕੋਲੋਂ ਭਰ ਲਾਂਗੇ। ਫਿਲਿੰਗ ਭਰ ਕੇ ਉਸੇ ਤਰ੍ਹਾਂ ਹੀ ਆਪਾਂ ਸਾਈਡਾਂ ਤੋਂ ਚੁੰਟਾਂ ਪਾਉਂਦੇ ਹੋਏ ਅਤੇ ਹੱਥ ਨਾਲ ਅੰਗੂਠੇ ਨਾਲ ਦਬਾਉਂਦੇ ਹੋਏ ਅਤੇ ਗੋਲ ਗੋਲ ਕਰਕੇ ਉਹਨੇ ਵਿੱਚ ਵਿੱਚ ਦੀ ਆਪਾਂ ਪਰੌਂਠਾ ਵੀ ਹਿਲਾਉਂਦੇ ਜਾਵਾਂਗੇ, ਉੱਪਰੋਂ ਉਹਦੀ ਵੀ ਸਾਈਡ ਬਦਲੀ ਕਰਦੇ ਜਾਵਾਂਗੇ ਅਤੇ ਕੋਲੋਂ ਆਪਾਂ ਫਟਾਫਟ ਦੂਸਰਾ ਪਰੌਂਠਾ ਵੀ ਕੋਲੋਂ ਤਿਆਰ ਕਰ ਲਾਂਗੇ। ਹੁਣ ਇਹ ਦੋਨਾਂ ਸਾਈਡਾਂ ਤੋਂ ਬਰਾਊਨ ਚਿੱਤੀ ਆ ਗਈ ਹੈ ਤਾਂ ਹੁਣ ਆਪਾਂ ਦੋਨਾਂ ਸਾਈਡਾਂ ਤੋਂ ਪਰੌਂਠੇ ਨੂੰ ਚੋਪੜ ਲਵਾਂਗੇ। ਅਲਟ ਪਲਟ ਕਰਦੇ ਹੋਏ ਪੂਰੀ ਤਰ੍ਹਾਂ ਪਕਾ ਲਾਂਗੇ ਆਪਾਂ ਦੋਨਾਂ ਸਾਈਡਾਂ ਤੋਂ। ਵੇਖੋ ਹੁਣ ਬਿਲਕੁਲ ਪਰੌਂਠਾ ਆਪਣਾ ਪੱਕ ਚੁੱਕਿਆ ਤਾਂ ਆਪਾਂ ਰੱਖ ਦਿੱਤਾ ਇਹ ਚਪਾਤੀ ਬੋਕਸ 'ਚ ਅਤੇ ਕੋਲੋਂ ਆਪਾਂ ਦੂਸਰਾ ਪਰੌਂਠਾ ਵੀ ਉਸੇ ਤਰੀਕੇ ਨਾਲ ਹੀ ਬਣਾ ਲਿਆ ਜੀ। ਲਓ ਜੀ ਇਹਨੂੰ ਵੀ ਆਪਾਂ ਦੋਨਾਂ ਸਾਈਡਾਂ ਤੋਂ ਚੋਪੜ ਕੇ ਤਾਂ ਇਸੇ ਤਰ੍ਹਾਂ ਹੀ ਆਪਾਂ ਕਰਦੇ ਹੋਏ ਸਾਰੇ ਪਰੌਂਠੇ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰਾਂਗੇ। ਲਓ ਜੀ ਪਰੌਂਠਾ ਇਹ ਵੀ ਦੋਨਾਂ ਸਾਈਡਾਂ ਤੋਂ ਪੱਕ ਚੁੱਕਿਆ, ਬੜੇ ਵਧੀਆ ਬੜੇ ਟੇਸਟੀ ਪਰੌਂਠੇ ਬਣਦੇ ਆ। ਤੁਸੀਂ ਇਸ ਤਰ੍ਹਾਂ ਬਣਾ ਕੇ ਵੇਖੋ, ਨਹੀਂ ਤਾਂ ਕਿਸੇ ਪਾਸੇ ਉਹ ਫਟਣਗੇ, ਨਹੀਂ ਕਿਸੇ ਪਾਸੇ ਇਹਨਾਂ ਦੀ ਫੀਲਿੰਗ ਨਿਕਲੂਗੀ, ਨਹੀਂ ਇਹ ਚਕਲੇ ਵਿਲਨੇ ਨਾਲ ਲੱਗਣਗੇ, ਬੜੇ ਵਧੀਆ ਸਾਫ਼ ਸੁਥਰੇ ਐਨ ਬਰਾਬਰ ਬਹੁਤ ਟੇਸਟੀ ਪਰੌਂਠੇ ਬਣਦੇ ਆ। ਅਸਲ ਦੇ ਵਿੱਚ ਤਾਂ ਇਹ ਪਰੌਂਠੇ ਬਣਦੇ ਹੋਣ ਗਰਮ ਗਰਮ ਅਤੇ ਗਰਮ ਗਰਮ ਨਾਲ ਦੀ ਨਾਲ ਖਾਣੇ ਵਾਲੇ ਦੀ ਪਲੇਟ ਦੇ ਵਿੱਚ ਆਉਂਦੇ ਜਾਣ ਤਾਂ ਬਹੁਤ ਟੇਸਟੀ ਲੱਗਦੇ ਆ, ਕਿਉਂਕਿ ਗਰਮ ਪਰੌਂਠਾ ਤਾਂ ਹਮੇਸ਼ਾ ਹੀ ਵਧੀਆ ਲੱਗਦਾ ਹੁੰਦਾ। ਤਾਂ ਲਓ ਜੀ ਵੀਵਰਸ ਆਪਣੇ ਕੋਲ ਗੋਭੀ ਵਾਲੇ ਟੇਸਟੀ ਪਰੌਂਠੇ ਬਣ ਕੇ ਰੈਡੀ ਹੈ, ਜਿਨ੍ਹਾਂ ਨੂੰ ਮੈਂ ਗਾਰਨਿਸ਼ ਕੀਤਾ ਨਾਲ ਦਹੀਂ ਨਾਲ, ਪਲੇਨ ਦਹੀਂ ਨਾਲ। ਚਾਹੋ ਤਾਂ ਨਮਕ ਅਤੇ ਕਾਲੀ ਮਿਰਚ ਹਲਕੀ ਜਿਹੀ ਪਾ ਲਓ, ਵੈਸੇ ਇਹਦੇ ਨਾਲ ਕਾਸੇ ਦੀ ਵੀ ਜ਼ਰੂਰਤ ਨਹੀਂ ਹੈਗੀ ਕਿ ਬਹੁਤ ਟੇਸਟੀ ਬਣੇ ਹੈ। ਤੁਸੀਂ ਚਾਹੋ ਤਾਂ ਉੱਤੇ ਮੱਖਣ ਰੱਖ ਲਓ ਹੈ ਤਾਂ। ਤਾਂ ਵੀਵਰਸ ਅਗਰ ਮੇਰੇ ਤੁਹਾਨੂੰ ਵੀਡੀਓ ਵਧੀਆ ਲੱਗਦੇ ਹੈ, ਅੱਜ ਦੇ ਗੋਭੀ ਵਾਲੇ ਪਰੌਂਠੇ ਦੇ ਇਸ ਤਰੀਕੇ ਨਾਲ ਬਣਾਉਣ ਦੇ ਪਰੌਂਠੇ ਵਧੀਆ ਲੱਗਦੇ ਆ, ਤਾਂ ਮੇਰੇ ਚੈਨਲ ਨੂੰ ਮੇਰੀ ਵੀਡੀਓ ਨੂੰ ਲਾਈਕ ਕਰਨਾ, ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ। ਔਰ ਜੋ ਵੀਵਰਸ ਮੇਰੇ ਚੈਨਲ 'ਤੇ ਫਸਟ ਟਾਈਮ ਵੀਡੀਓ ਵੇਖ ਰਿਹਾ, ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਘੰਟੀ ਵਾਲਾ ਬਟਨ ਆਲ 'ਤੇ ਪ੍ਰੈਸ ਕਰ ਦਿਓ, ਤਾਂ ਕਿ ਮੇਰੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ। ਔਰ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸਿਓ ਵੀ ਮੇਰੀ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।